ਇਹਨਾਂ ਐਲਾਨਾਂ ਵਿੱਚ ਮੁੱਖ ਤੌਰ ਤੇ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਹੁਣ ਟੈਕਸ ਨਹੀਂ ਭਰਨਾ ਹੋਵੇਗਾ, ਪਰ ਇਸ ਦੇ ਨਾਲ ਹੀ ਇਸ ਵਾਰ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਨਵਾਂ ਘਰ ਬਣਾਉਣ ਵਾਲਿਆਂ ਨੂੰ ਇਨਕਮ ਟੈਕਸ ਵਿੱਚ ਛੋਟ ਮਿਲੇਗੀ, ਜਿਸ ਕਰਕੇ 3 ਕਰੋੜ ਮੱਧ ਵਰਗ ਲੋਕਾਂ ਨੂੰ ਲਾਹਾ ਮਿਲੇਗਾ। ਇਸ ਦੇ ਨਾਲ ਹੀ ਸਟੈਂਡਰਡ ਡਿਡਕਸ਼ਨ 40,000 ਤੋਂ ਵਧਾ ਕੇ 50,000 ਕਰ ਦਿੱਤੀ ਗਈ ਹੈ। 40,000 ਤੱਕ ਦੇ ਵਿਆਜ 'ਤੇ TDS ਨਹੀਂ ਹੋਏਗਾ। ਗ੍ਰੈਜੂਏਟੀ ਦੀ ਹੱਦ ਵਧਾ ਕੇ 10 ਲੱਖ ਤੋਂ 20 ਲੱਖ ਕਰ ਦਿੱਤੀ ਗਈ ਹੈ, ਜਦਕਿ ECS ਦੀ ਹੱਦ ਵੀ 15,000 ਤੋਂ ਵਧਾ ਕੇ 21,000 ਰੁਪਏ ਕਰ ਦਿੱਤੀ ਗਈ ਹੈ। ਆਂਗਨਵਾੜੀ ਅਤੇ ਆਸ਼ਾ ਵਰਕਰ ਮਾਨ ਭੱਤੇ ਵੀ 50% ਵਧਾ ਦਿੱਤੇ ਗਏ ਨੇ। ਇਸ ਬਜਟ ਵਿੱਚ ਕਿਸਾਨਾਂ ਦੇ ਲਈ ਵੱਡੇ ਐਲਾਨ ਕੀਤੇ ਗਏ। ਪਿਊਸ਼ ਗੋਇਲ ਨੇ ਬਜਟ ਭਾਸ਼ਣ ਦੌਰਾਨ ਕਿਸਾਨ ਸਨਮਾਨ ਫੰਡ ਯੋਜਨਾ ਬਣਾਉਣ ਦਾ ਐਲਾਨ ਕੀਤਾ, ਜਿਸ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਹਰ ਸਾਲ 6,000 ਰੁਪਏ ਬਰਾਬਰ 3 ਕਿਸ਼ਤਾਂ ਵਿੱਚ ਭੇਜੇ ਜਾਣਗੇ। ਯੋਜਨਾ ਦਸੰਬਰ 2018 ਤੋਂ ਲਾਗੂ ਹੋਏਗੀ, ਜਿਸ ਨਾਲ 12 ਕਰੋੜ ਕਿਸਾਨਾਂ ਨੂੰ ਲਾਹਾ ਮਿਲੇਗਾ, ਜਦਕਿ ਛੋਟੇ ਕਿਸਾਨਾਂ ਨੂੰ ਹਰ ਮਹੀਨੇ 500 ਰੁਪਏ ਮਿਲਣਗੇ, ਜਿਸ ਦੇ ਲਈ 75,000 ਕਰੋੜ ਰੁਪਏ ਰੱਖੇ ਗਏ ਨੇ। ਗਊਆਂ ਲਈ ਕੌਮੀ ਕਾਮਧੇਨ ਨੂੰ ਯੋਜਨਾ ਬਣਾਈ ਜਾਏਗੀ, ਜਿਸ ਦੇ ਤਹਿਤ ਨਸਲ ਸੁਧਾਰ ਲਈ ਪੈਸਾ ਖਰਚਿਆ ਜਾਏਗਾ। ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਮੱਛੀ ਪਾਲਣ ਕਮਿਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਗਿਆ। ਪਸ਼ੂ ਮਾਲਕਾਂ ਲਈ ਵੀ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਕਾਰਡ ਰਾਹੀਂ ਪਸ਼ੂ ਪਾਲਣ ਅਤੇ ਮੱਛੀ ਪਾਲਣ ਲਈ ਕਰਜ਼ ਵਿੱਚ 2% ਛੋਟ ਦਿੱਤੀ ਜਾਏਗੀ। ਬਜਟ ਐਲਾਨਾਂ ਵਿੱਚ ਪ੍ਰਧਾਨ ਮੰਤਰੀ ਸ਼੍ਰਮ ਮਾਨ ਯੋਜਨਾ ਦਾ ਐਲਾਨ ਵੀ ਕੀਤਾ ਗਿਆ, ਜਿਸ ਦੇ ਤਹਿਤ 15,000 ਫੀ ਮਹੀਨਾ ਕਮਾਈ ਕਰਨ ਵਾਲਿਆਂ ਨੂੰ ਪੈਨਸ਼ਨ ਦੀ ਤਜਵੀਜ਼ ਰੱਖੀ ਗਈ ਹੈ। ਇਸ ਯੋਜਨਾ ਕਰਕੇ 10 ਕਰੋੜ ਮਜ਼ਦੂਰਾਂ ਨੂੰ ਲਾਭ ਪਹੁੰਚੇਗਾ, ਜਦਕਿ 21,000 ਤਨਖਾਹ ਵਾਲਿਆਂ ਨੂੰ ਵੀ 7,000 ਰੁਪਏ ਬੋਨਸ ਦੀ ਤਜਵੀਜ਼ ਰੱਖੀ ਗਈ ਹੈ। PF ਖਾਤਾ ਧਾਰਕਾਂ ਦਾ ਵੀ 6 ਲੱਖ ਰੁਪਏ ਦਾ ਬੀਮਾ ਹੋਏਗਾ। ਮਜ਼ਦੂਰ ਦੀ ਮੌਤ ਹੋਣ 'ਤੇ ਹੁਣ 2.5 ਲੱਖ ਰੁਪਏ ਦੀ ਬਜਾਏ 6 ਲੱਖ ਰੁਪਏ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਜਾਣਗੇ। ਇਸ ਬਜਟ ਵਿੱਚ ਰੱਖਿਆ 'ਤੇ ਵੱਧ ਧਿਆਨ ਦਿੱਤਾ ਗਿਆ ਹੈ। ਰੱਖਿਆ ਖੇਤੀ ਲਈ 3 ਲੱਖ ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਉਜਵਲਾ ਯੋਜਨਾ ਦੇ ਤਹਿਤ 2 ਕਰੋੜ ਨਵੇਂ ਕਨੈਕਸ਼ਨ ਦਿੱਤੇ ਜਾਣਗੇ। ਅੰਤਰਿਮ ਬਜਟ ਵਿੱਚ ਮਨੋਰੰਜਨ ਦੇ ਲਈ ਸਿੰਗਲ ਵਿੰਡੋ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਕੁੰਮਤੂ ਜਨਜਾਤੀਆਂ ਲਈ ਵੱਖਰਾ ਬੋਰਡ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਸਰਕਾਰ ਵੈਲਫੇਅਰ ਡਿਵੈਲਪਮੈਂਟ ਬੋਰਡ ਦਾ ਗਠਨ ਕਰੇਗੀ। ਪਿਊਸ਼ ਗੋਇਲ ਨੇ ਮੈਡੀਕਲ ਖੇਤੀ ਲਈ ਖਾਸ ਧਿਆਨ ਦਿੱਤਾ ਅਤੇ ਗੁਆਂਢੀ ਰਾਜ ਹਰਿਆਣਾ ਨੂੰ ਇੱਕ ਏਮਜ਼ ਦਾ ਐਲਾਨ ਕੀਤਾ, ਜਦਕਿ ਪੰਜਾਬ ਦੇ ਬਠਿੰਡਾ ਵਿੱਚ ਤਾਂ ਏਮਜ਼ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।